दिशा निर्देशों मुताबक जरा गैंगस्टर्स के अगेंस्ट एक ऑपरेशन मुहिम जी चलाई हुई है वो एक वो कामयाबी मोहाली पुलिस को मिली है। ये पिछले कुछ दिन ही असी ब्रीफ किया आप जी ने कि 28 तरीक को असर परमजीत सिंह पम्मा नाम का एक गैंगस्टर जोड़ा है वो अरैसट किया जरा कि दिलप्रीत बाबा और ग्रुप के होर बंद टच के जिद को पांच वैपनज रिकवर हुए सन उसकी इंटरोगेशन के लिए होर डिवेलपमेंट असी जो पुराने भी जो वैपन साढ़े को हूँ तक रिकवर हुए आप सारे जो तफ्तीश की सूँ पता लग्या भी ये सारे वैपन मध्य प्रदेश के एक पर्टिकुलर एरिया के आ रहे सन तो टैक्निकल इंटैलीजेंस और ह्यूमन इंटैलीजेंस डिवेलप करके फाइनली असी मध्य प्रदेश तो दो लोगों को अरैसट करने के कामयाब हुए हैं जिन्हों का नाम अनिल राजू अनवीर जाम है। तो इन्हों को 20 पिस्तौल होर कुछ 20 गोलियां होर हूँ तक बरामद हुई ने। यह मैं दसना चाहवागा भी एक पिंड उमरती नाम का एक पिंड है जो कि मध्य प्रदेश महाराष्ट्र के बॉर्डर के उपर पैंता है तो उस पिंड के रहने वाले सन तो इन्होंने दसने मुताबक उस एरिया के वैपन्स मैनुफैक्चर होते हैं मध्य प्रदेश और महाराष्ट्र की एरिया जो बॉर्डरिंग एरिया वो होने करके ये अपना काफ़ी ज़्यादा घने जंगलों के है जिथे कि यह इस तरह के वैपन जोड़े है मैनुफैक्चर करते हैं। तो इन्होंने हूँ तक जो साडे एरिया के जो आप पिछले रिकवर किए लगभग 70 वैपन जोड़े है रिकवर हुए हैं वो इन इसी सोर्स तो जोड़ा है वो पंजाब नेबरिंग स्टेट्स गए सन। सानू उम्मीद है भी इन्हों की रिमांड लैके जो अभी होर तफ्तीश करा सर भी काफ़ी क्लीयर होगा भी होर कि लोगों ने इन्होंने इतने वैपन सप्लाई किए तो उम्मीद है भी सू होर भी कामयाबी होगी। मैं इतने स्पैशली दसना चाहवागा भी ये जी टीम हैगी DSPD गुशेर स्पैशली आप लीड कर रहे सन इंचार्ज CAA का बहुत व्डा ये गुशेर के इंचार्ज CAA की बहुत वीड्डी कॉन्ट्रीब्यूशन है। SPD साहब ने परसनली इसको मॉनिटर करके जो है इस केस को कामयाबी के नाल सारे बंदे नूं फड़न कामयाबी पाई। सर जो अनिल है अनवीर है इन्हों का भी पहले अरैसट हुए सन उस टाइम के कोलों 7 जो है पिस्तौल इसी तरह देसी पिस्तौल जो है 7 पिस्तौल उस टाइम भी रिकवर हुए सन। ਸਰ ਇਹ ਕਿਹਨੂੰ ਕਿਹਨੂੰ ਅੱਗੇ ਜਿਹੜੇ ਹੈਗੇ ਕਰਦੇ ਸੀਗੇ ਵੈਪਨ ਦੇਖਦੇ ਸੀ ਹੁਣ ਤਾਂ ਵੀ ਹੁਣ ਤੱਕ ਦੀ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਹੈ ਵੀ ਇਹ ਜਿਹੜੇ ਹੈਗੇ ਨੇ ਇਹ ਕਾਫ਼ੀ ਵੱਡੀ ਕੁਆਂਟਿਟੀ ਦੇ ਵਿੱਚ ਵੈਪਨ ਦਿੰਦੇ ਸੀਗੇ ਇੱਕ ਜਾਂ ਦੋ ਜਿਹਦਾ ਮਤਲਬ ਜਿਹਨੂੰ ਆਪਾਂ ਕਹੀਏ ਛੋਟੇ ਜਿਹੜਾ ਆਪਣਾ ਕਸਟਮਰ ਸੀ ਉਹਦੇ ਨਾਲ ਡੀਲ ਨਹੀਂ ਕਰਦੇ ਸੀ ਬੜੇ ਗੈਂਗਸਟਰਸ ਦੇ ਨਾਲ ਹੀ ਡੀਲ ਕਰਦੇ ਹੈਗੇ ਨੇ ਅਤੇ ਹੈਵੀ ਕੁਆਂਟਿਟੀ ਦੇ ਵਿੱਚ ਇਕੱਠਾ ਵੈਪਨ ਸਪਲਾਈ ਕਰਦੇ ਨੇ ਇਸੇ ਕਰਕੇ ਇਹ ਜਿੰਨੇ ਵੀ ਹੁਣ ਤੱਕ ਜਿਹੜੇ ਆਪਾਂ ਪਹਿਲੇ ਜਿਹੜੇ ਬੰਦੇ ਫੜੇ ਸੀ ਜਿਹਨਾਂ ਕੋਲ ਇੱਕ ਜਾਂ ਦੋ ਵੈਪਨ ਰਿਕਵਰ ਹੁੰਦੇ ਸੀ ਅਸੀਂ ਪੂਰਾ ਸਿਰੇ ਤੱਕ ਨਹੀਂ ਪਹੁੰਚ ਪਾਉਂਦੇ ਸੀ ਕਿਉਂਕਿ ਉਹ ਜਿਹੜੇ ਇਹ ਡਾਇਰੈਕਟਲੀ ਇਹਨਾਂ ਤੋਂ ਵੈਪਨ ਨਹੀਂ ਲੈਂਦੇ ਸਨ ਇਹਨਾਂ ਦੇ ਵਿੱਚ ਹੋਰ ਬੰਦੇ ਬੈਠੇ ਹੁੰਦੇ ਸੀ UP ਦੇ ਵਿੱਚ ਅਤੇ ਬਾਕੀ ਥਾਵਾਂ ਦੇ ਉੱਪਰ ਜਿਹਨਾਂ ਦੇ ਵਿੱਚ ਪਹਿਲੇ ਵੈਪਨ ਲਾਰਜ ਕੁਆਂਟਿਟੀ ਦੇ ਵਿੱਚ ਵੈਪਨ ਹੋਣਾ ਕੋ ਜਾਂਦਾ ਸੀ ਤਾਂ ਉਹ ਫਿਰ ਅੱਗੇ ਅੱਗੇ ਛੋਟੇ ਛੋਟੇ ਕੰਸਾਈਨਮੈਂਟਸ ਬਣਾ ਕੇ ਉਹਨਾਂ ਦੀ ਵੈਪਨ ਸਪਲਾਈ ਕਰਦੇ ਸੀਗੇ। ਇਹ ਜਦੋਂ ਵੱਡੀ ਕੰਸਾਈਨਮੈਂਟ ਰਿਕਵਰ ਹੋਈ ਹੈ ਤਾਂ ਉਹਦੇ ਵਿੱਚ ਇੱਥੇ ਸਾਰਾ ਡਿਵੈਲਪ ਹੋਇਆ ਵੀ ਇੱਥੇ ਛੋਟੇ ਤੋਂ ਵੈਪਨ ਆ ਸਰ ਬੱਤੀ ਬੋਲਦੀ ਹੈ ਕਿ ਜਾਂ ਹੋਰ ਵੀ 9MM ਵਗੈਰਾ ਹੋਰ ਵੀ ਬਣਾ ਜ਼ਿਆਦਾਤਰ ਵੈਪਨ ਜਿਹੜੇ ਨੇ 32 ਬੋਲ ਤੇ 30 ਬੋਲ ਦੇ ਨੇ ਤਾਂ ਬੜੇ ਇਹਨਾਂ ਦੀ ਮੈਨੂਫੈਕਚਰਿੰਗ ਬੜੀ ਜਿਹੜੀ ਹੈ ਬੜੀ ਹਾਈ ਐਂਡ ਦੀ ਲੱਗ ਰਹੀ ਹੈ ਦੇਸੀ ਨੇ ਇਹ ਕਿੱਦਾਂ ਮੈਨੂਫੈਕਚਰਿੰਗ ਇੰਨਾ ਜ਼ਿਆਦਾ ਮਤਲਬ ਐਕਸਪਰਟਾਈਜ਼ ਕਿੱਦਾਂ ਹੋ ਗਈ ਇਹਨਾਂ ਦੀ ਹੁਣ ਤੱਕ ਦੀ ਤਫਤੀਸ਼ ਵਿੱਚ ਇਹਨਾਂ ਨੇ ਦੱਸਿਆ ਵੀ ਉੱਥੇ ਮੈਨੂਫੈਕਚਰਿੰਗ ਯੂਨਿਟਸ ਲੱਗੇ ਹੋਏ ਹੈਗੇ ਨੇ ਜਿਨ੍ਹਾਂ ਵਿੱਚ ਕਿ ਇਹਨਾਂ ਦੀ ਬਾਰ ਬਾਰ ਬਣਾ ਬਣਾ ਕੇ ਇਹਨਾਂ ਨੂੰ ਵੀ ਆਪਣਾ ਜਿਹੜਾ ਹੈਗਾ ਇਹਨਾਂ ਦੀ ਕਾਫ਼ੀ ਜ਼ਿਆਦਾ ਅੱਛੀ ਇਹਨਾਂ ਦੀ ਜਿੱਦਾਂ ਸਮਝੀਏ ਵੀ ਕੈਪੇਬਿਲਿਟੀ ਇਹ ਡਿਵੈਲਪ ਹੋ ਗਈ ਹੈਗੀ ਹੈ। ਬਾਕੀ ਜਿਵੇਂ ਆਪਾਂ ਇਹਨਾਂ ਦੀ ਅੱਜ ਆਪਾਂ ਅਰੈਸਟ ਕਰਕੇ ਇਹਨਾਂ ਦੀ ਰਿਮਾਂਡ ਲਿੱਤੀ 5 ਦਿਨ ਦੀ ਰਿਮਾਂਡ ਅਸੀਂ ਲਿੱਤੀ ਹੈਗੀ ਤਾਂ ਸਾਨੂੰ ਉਮੀਦ ਹੈ ਵੀ ਸਾਨੂੰ ਕੋਰਟ ਦੇ ਵਿੱਚ ਪ੍ਰੋਸੈਸ ਸਰ ਰਿਕਵਰੀ ਕਿੱਥੋਂ ਹੋਈ ਹੈ ਜੀ ਸਾਰੀ ਇਹ ਰਿਕਵਰੀ ਜਿਹੜੀ ਕਿ ਪਹਿਲੀ ਰਿਕਵਰੀ ਤਾਂ ਜਿਹੜੀ ਸੀ ਪਰਮਜੀਤ ਸਿੰਘ ਪਰਮੇ ਬਾਰੇ ਜਿਹੜੀ ਮੈਂ ਆਪ ਜੀ ਨੂੰ ਪਹਿਲੇ ਬਰੀਫ ਕੀਤਾ ਸੀਗਾ ਉਹਦੇ ਵਿੱਚ ਤਾਂ ਉਹ ਤਾਂ ਪੰਜਾਬ ਤੋਂ ਖਰੜ ਤੋਂ ਜਦੋਂ ਫੜਿਆ ਗਿਆ ਸੀਗਾ ਅਤੇ ਇਹ ਜਿਹੜੇ ਕਿ ਮੱਧ ਪ੍ਰਦੇਸ਼ ਦੇ ਸਿੰਧਵਾ ਇੱਕ ਜਗ੍ਹਾ ਪੈਂਦੀ ਹੈ ਉੱਥੋਂ ਰਿਕਵਰੀ ਹੋਈ ਸਰ ਕਿੰਗਪਿੰਡ ਕੌਣ ਹੈ ਅਨਿਲ ਅਤੇ ਅਨਵੀਰ ਦੇ ਨਾਲ ਹੋਰ ਕਿਹੜਾ ਇਹ ਪੂਰਾ ਨੈਕਸਸ ਚਲਾ ਰਿਹਾ ਹੈ ਇਹਦੇ ਉੱਪਰ ਅਸੀਂ ਕੰਮ ਕਰ ਰਹੇ ਸੀ ਤੁਹਾਨੂੰ ਜਲਦੀ ਉਹਦੇ ਬਾਰੇ ਵੀ ਜ਼ਰੂਰ ਵੀ ਹੋਰ ਕਿੰਨੇ ਲੋਕ ਪ੍ਰਾਈਵੇਟ ਇਨਵੈਸਟੀਗੇਸ਼ਨ 'ਚ ਸਾਹਮਣੇ ਆਏ ਕਿੰਨੇ ਕੁ ਲੋਕ ਇਹਦੇ ਵਿੱਚ ਕੰਮ ਕਰ ਰਹੇ ਕਿਸ ਤਰ੍ਹਾਂ ਦੀ ਫੈਕਟਰੀ ਟੁੱਟੀ ਲਾ ਕੇ ਪੂਰਾ ਕੰਮ ਕਰਦੇ ਮੈਂ ਇਹਦੇ ਵਿੱਚ ਸਾਡੇ ਪਾਸ ਦੋ ਇਨਵੈਸਟੀਗੇਸ਼ਨ ਜਿਹੜੇ ਦੋ ਐਂਡ ਹੈਗੇ ਨੇ ਇੱਕ ਤਾਂ ਹੈਗਾ ਵੀ ਜਿਹੜਾ ਮੈਨੂਫੈਕਚਰਿੰਗ ਐਂਡ ਹੈ ਅਤੇ ਦੂਸਰਾ ਸਾਡੇ ਲਈ ਇਹ ਵੀ ਹੈਗਾ ਵੀ ਜਿਹੜਾ ਕੰਜ਼ਿਊਮਿੰਗ ਐਂਡ ਜਿਹੜਾ ਹੈਗਾ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਜਿਹਨੂੰ ਅਸੀਂ ਕਹਿ ਦਿੰਦੇ ਅਸੀਂ ਦੋਨੋਂ ਬੈਕਵਰਡ ਫਾਰਵਰਡ ਲਿੰਕੇਜ ਉੱਪਰ ਕੰਮ ਕਰ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਵੀ ਜਦੋਂ ਆਪਾਂ ਇੱਕ ਵਾਰੀ ਹੁਣ ਰਿਮਾਂਡ ਲੈ ਕੇ ਜਦੋਂ ਤਫਤੀਸ਼ ਕਰਾਂਗੇ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਇੱਥੇ ਪਾਸੇ ਹੋ ਸਰ ਇਹਦੇ ਵਿੱਚ ਕਿਹੜੇ ਕਿਹੜੇ ਗੈਂਗਸਟਰਾਂ ਦੇ ਨਾਲ ਇਹਨਾਂ ਦੇ ਰਹੇ ਆ ਜਿੱਦਾਂ ਤੁਸੀਂ ਕਿਹਾ ਕਿਹੜੇ ਕਿਹੜੇ ਗੈਂਗਸਟਰ ਨੂੰ ਦਿੱਤੇ ਆ ਕਿਹੜੇ ਕਿਹੜੇ ਜਿਹੜੇ ਸ਼ਾਤੀ ਦਾ ਅਪਰਾਧੀ ਉਹਨਾਂ ਨੂੰ ਇਹ ਸਾਰੇ ਵੈਪਨਸ ਵਗੈਰਾ ਪ੍ਰੋਵਾਈਡ ਕਰਾਏ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਵੀ ਹੁਣ ਆਪਾਂ ਜਿਹੜਾ ਇਹ ਵਾਲਾ ਲਿੰਕ ਸੀਗਾ ਜਿਹਦਾ ਪਰਮਜੀਤ ਸਿੰਘ ਪੰਮਾ ਦੇ ਬਿਲਕੁਲ ਬਾਬਾ ਵਾਲਾ ਲਿੰਕ ਹੈ ਉਹਦੇ ਤੋਂ ਵਾਪਸ ਚੱਲਿਆ ਹੈਗਾ ਅਤੇ ਸਾਨੂੰ ਉਮੀਦ ਹੈਗੀ ਵੀ ਇਹ ਕਿਉਂਕਿ ਲਾਰਜ ਕੁਆਂਟਿਟੀ ਵੈਪਨਸ ਡੀਲ ਕਰਦੇ ਨੇ ਅਤੇ ਇਹਨਾਂ ਦੇ ਸਾਰੇ ਹੀ ਗੈਂਗਸਟਰਸ ਦੇ ਨਾਲ ਲਿੰਕ ਹੈਗੇ ਨੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹੋਰ ਸਟੇਟਸ ਦੇ ਵਿੱਚ ਵੀ ਇਹ ਵੈਪਨਸ ਡੀਲ ਕਰਦੇ ਨੇ ਇਸ ਤੋਂ ਇਲਾਵਾ ਕੁਝ ਹੋਰ ਏਰੀਆਜ਼ ਜਿਹੜੇ ਹੈਗੇ ਨੇ ਆਪਣੇ ਜਿਵੇਂ ਗੜਚੀ ਰੋਲੀ ਹੋ ਗਿਆ ਉੱਥੇ ਬਾਰੇ ਵੀ ਸਾਰੇ ਨੋਟਿਸ ਆਇਆ ਵੀ ਇਹ ਉੱਥੇ ਵੀ ਵੈਪਨ ਸਪਲਾਈ ਕਰਦੇ ਪੰਜਾਬ